ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਨੇ? ਤੁਸੀਂ ਵੇਖ ਰਹੇ ਹੋ ਮਦਰ ਸੈਨ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮਦਰ ਸੈਨ ਜੋਜਾ। ਜਿਵੇਂ ਕਿ ਤੁਹਾਨੂੰ ਪਤਾ ਕਿ ਮੈਂ ਰੋਜ਼ ਨਵੀਂ ਵੀਡੀਓ ਨਾਲ ਹਾਜ਼ਰ ਹੁੰਦਾ ਦੋਸਤਾਂ ਭਰਾਵਾਂ ਦੀ ਖਿਦਮਤ ਦੇ ਵਿੱਚ, ਅਤੇ ਮੈਂ ਜਨਾਬ ਉਹਨਾਂ ਭਰਾਵਾਂ ਦਾ ਬੜਾ ਸ਼ੁਕਰੀਆ ਅਦਾ ਕਰਨਾ ਅਤੇ ਬੜਾ ਮਸ਼ਹੂਰ ਹਾਂ ਕਿ ਜਿਹੜੇ ਮੇਰੇ ਚੈਨਲ ਨੂੰ ਬੜੀ ਮੁਹੱਬਤ ਦੇ ਨਾਲ ਅਤੇ ਬੜੀ ਚਾਹਤ ਨਾਲ ਵੇਖਦੇ ਨੇ, ਅਤੇ ਦੋਸਤਾਂ ਜਨਾਬ ਮੇਰੀ ਵੀਡੀਓ ਲਾਈਕ ਸ਼ੇਅਰ ਵੀ ਕਰਦੇ ਨੇ। ਅੱਜ ਮੈਂ ਇੱਕ ਵੀਡੀਓ ਲੈ ਕੇ ਆਇਆ ਜਨਾਬ ਤਿੰਨਾਂ ਵਹਿੜਾਂ ਦੀ। ਕੈਮਰਾਮੈਨ ਸਾਹਿਬ ਪਹਿਲੇ ਵਹਿੜ ਨੰਬਰ 1 ਵਿਖਾਵੇਗਾ, ਇਸ ਤੋਂ ਬਾਅਦ ਜਨਾਬ ਵਹਿੜ ਨੰਬਰ 2 ਵਿਖਾਵੇਗਾ। ਇਹ ਤਿੰਨੇ ਵਹਿੜਾਂ ਇੱਕੋ ਮਾਲਕ ਉਹ ਖੜੀਆਂ ਜਨਾਬ, ਮਾਸ਼ਾਅੱਲਾ। ਵਹਿੜ ਨੰਬਰ 1, ਇਹ ਤਿੰਨੇ ਵਹਿੜਾਂ ਜੀ ਦੂਸਰਾ ਦੂਸਰਾ ਸੁਆ ਸੂਈਆਂ ਨੇ। ਇੱਕ ਵਹਿੜ ਸੋਣ ਵਾਲੀ ਏ, ਦੋ ਵਹਿੜਾਂ ਸੂਈਆਂ ਹੋਈਆਂ ਨੇ, ਉਹਨਾਂ ਦੋਵਾਂ ਦੇ ਪਿੱਛੇ ਵੱਛੀਆਂ ਨੇ। ਇੱਕ ਇੱਕ ਗੱਲ ਤੁਹਾਨੂੰ ਤਫਸੀਲ ਨਾਲ ਇਨਸ਼ਾਅੱਲਾ ਦੱਸਾਂਗੇ, ਔਰ ਤਸੱਲੀ ਨਾਲ ਮੇਰਾ ਕੈਮਰਾਮੈਨ ਸਾਹਿਬ ਤੁਹਾਨੂੰ ਇੱਕ ਇੱਕ ਵਹਿੜ ਵਿਖਾਵੇਗਾ। ਇਹਨਾਂ ਦੇ ਮੁਖਤਲਿਫ ਮੁੱਲ ਨੇ ਜੀ ਦੋਨਾਂ ਤਿੰਨਾਂ ਦੇ। ਨੰਬਰ ਮੇਰਾ 0304 79 ਪੂਰਾ 776, ਇਹੋ ਹੀ ਮੇਰੇ ਵਟਸਐਪ ਦਾ ਨੰਬਰ ਹੈ, ਇਹੋ ਈਮੋ ਦਾ ਨੰਬਰ ਹੈ, ਲੋਕੇਸ਼ਨ ਮੇਰੀ ਆਰਫ ਵਾਲੇ ਦੀ। ਵੀਡੀਓ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਵੇਖਣੀ ਹੈ ਤਾਂ ਕਿ ਤੁਹਾਨੂੰ ਪੂਰੀ ਗੱਲ ਦੀ ਸਮਝ ਆ ਸਕੇ। ਛੱਡੀ ਮਾਰਾ ਵਹਿੜ ਨੰਬਰ 1 ਦੂਸਰਾ ਸੁਆ ਸੂਈਏ, ਪਿੱਛੇ ਦੇ ਵੱਛੀਏ। ਵਹਿੜ ਨੰਬਰ 1 ਦੂਸਰਾ ਸੁਆ ਸੂਈਏ, ਪਿੱਛੇ ਦੇ ਵੱਛੀਏ। 7-8 ਦਿਨ ਦੀ ਸੂਈਏ, 7-8 ਦਿਨ ਦੀ ਇਹ ਸੂਈਏ ਜਨਾਬ ਵਹਿੜ। ਔਰ ਇਨਸ਼ਾਅੱਲਾ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਵੀ ਆਏਗੀ, ਤੁਸੀਂ ਇਹਨੂੰ ਲਾਈਕ ਵੀ ਕਰੋਗੇ, ਤੁਸੀਂ ਜਨਾਬ ਇਹਨੂੰ ਸ਼ੇਅਰ ਵੀ ਕਰੋਗੇ। ਇਹਦਾ ਜਨਾਬ 2,15,000 ਰੁਪਇਆ, ਵਹਿੜ ਨੰਬਰ 1 ਦਾ 2,15,000 ਰੁਪਇਆ। ਇਹਦੇ ਵਿੱਚ ਪਿਆਰ ਮੁਹੱਬਤ ਵੀ ਹੋ ਜਾਏਗਾ, 16 ਲੀਟਰ ਦੁੱਧ ਹੈ ਦੋਨਾਂ ਟਾਈਮਾਂ ਦਾ, ਬੱਚੇ ਸਮੈਦ, ਪਿੱਛੇ ਵੱਛੀ ਹੈ, ਦੂਸਰਾ ਸੁਆ ਹੈ। 2,15,000 ਰੁਪਇਆ ਇਹਦਾ ਜਨਾਬ। ਅਤੇ ਮੂੰਹ ਦੇ ਵਿੱਚੋਂ ਕਿਵੇਂ ਦੂਸਰਾ ਸੁਆ ਨਾ? ਦੂਸਰਾ ਸੁਆ ਜੀ, ਗਰੰਟੀ ਨਾਲ ਹਟਾ ਲਿਓ ਪਿੱਛੇ, ਬੰਨੋ ਜੀ ਇਹਨੂੰ। ਵਹਿੜ ਨੰਬਰ 1 ਕਲੀਅਰ ਹੋ ਗਈ, ਇਸ ਤੋਂ ਬਾਅਦ ਤੁਹਾਨੂੰ ਵਹਿੜ ਨੰਬਰ 2 ਵਿਖਾਉਂਦੇ। 2,15,000 ਰੁਪਇਆ ਇਹਦੇ ਵਿੱਚ ਪਿਆਰ ਮੁਹੱਬਤ ਸ਼ਾਮਲ ਹੈ, ਪਿੱਛੇ ਵੱਛੀ ਹੈ, 16 ਲੀਟਰ ਦੁੱਧ ਹੈ, ਬੱਚੇ ਸਮੈਤ, ਮੁਕੰਮਲ ਨਿਚੋੜ ਦੁੱਧ। ਇਹਨੂੰ ਬੰਨੋ ਘਰ ਮਾਰ ਗਏ, ਇਹਦਾ ਬੱਚਾ ਵਿਖਾ ਯਾਰ। ਹਾਂ ਇਹ ਦੋਸਤੋ ਵੱਛੀ, ਇਹਦੇ ਪਿੱਛੇ ਜਰਸੀ ਕਰਾਸ ਹੈ ਜਨਾਬ ਵੱਛੀ, ਮਾਸ਼ਾਅੱਲਾ, ਛੋਟੇ ਛੋਟੇ ਕੰਨ ਨੇ। ਇਹ ਵਿਖਾ, ਇਹ ਵਹਿੜ ਨੰਬਰ 2 ਜਨਾਬ, ਮਾਸ਼ਾਅੱਲਾ। ਇਹ ਅੱਜ ਸੁਬਹ ਸੂਈ ਹੈ ਜੀ, ਇਹ ਸੁਬਹ ਸੂਈ ਹੈ ਤਕਰੀਬਨ 5:30 ਵਜੇ ਅੱਜ ਹੀ। ਇਹ ਵੀ ਦੂਸਰਾ ਸੁਬਹ ਗਰੰਟੀ ਨਾਲ, ਵਹਿੜ ਨੰਬਰ 2, ਪਿੱਛੇ ਇਹਦੇ ਵੀ ਵੱਛੀ ਹੈ। ਸੁਬਹ ਜਨਾਬ ਇਹਨੇ ਪਹਿਲੀ ਚੁਆਈ ਕੀਤੀ ਮਾਲਕਾਂ ਨੇ, ਦੂਸਰੀ ਚੁਆਈ ਹੁਣ ਸ਼ਾਮ ਨੂੰ ਕਰਨੀ ਹੈ। ਕਹਿੰਦੇ ਨੇ 9-9.5 ਲੀਟਰ ਬੋਲਾ ਪਹਿਲਾਂ ਇਹਦੇ ਥੱਲੋਂ ਅਸੀਂ ਕੱਢਿਆ, ਵਹਿੜ ਨੰਬਰ 2 ਦੇ ਥੱਲੋਂ। ਕਰਮਾ ਵਾਲੀ 9-9.5 ਲੀਟਰ ਕਹਿੰਦੇ ਨੇ ਮਾਲਕ, ਅਸੀਂ ਬੋਲਾ ਕੱਢਿਆ ਜਨਾਬ ਸਵੇਰੇ ਪਹਿਲੇ ਟਾਈਮ ਇਸ ਵਹਿੜ ਦੇ ਥੱਲੋਂ, ਪਿੱਛੇ ਇਹਦੇ ਵੱਛੀ ਹੈ, ਸੁਬਹ ਸੂਈ ਅੱਜ। ਇਹਦਾ 2,25,000 ਰੁਪਈਆ, ਵਹਿੜ ਨੰਬਰ 2 ਦਾ ਦੂਸਰਾ ਸੁਆ ਸੂਈ ਗਰੰਟੀ ਨਾਲ, 2,25,000 ਰੁਪਈਆ, ਪਿੱਛੇ ਵੱਛੀ ਹੈ। ਦੂਸਰੀ ਚੁਆਈ ਅੱਜ ਕਰਨੀ ਮਾਲਕਾਂ ਨੇ, ਇੱਕ ਚੁਆਈ ਸੁਬਹ ਕਰ ਚੁੱਕੇ ਨੇ ਜੀ। ਛੱਡੀ ਯਾਰ ਮਾੜੀ, ਛੱਡੀ ਮਾੜੀ। ਕੰਮ
ਮਾਸ਼ਾਅੱਲਾ ਸੋਹਣਾ ਵਨ ਹੈ ਜੀ ਇਹ ਚੋਲਸਤਾਨੀ ਦੇ ਵਿਲਾਇਤੀ ਦੇ ਵਿੱਚ ਮਾਸ਼ਾਅੱਲਾ ਕ੍ਰਾਸ ਹੈ ਚੰਗਾ ਕੱਦ ਕਬਾੜਾ ਮਾਸ਼ਾਅੱਲਾ ਵਹਿੜ ਨੂੰ ਔਰ ਇਨਸ਼ਾਅੱਲਾ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਵੀ ਆਏਗੀ ਤੁਸੀਂ ਇਹਨੂੰ ਲਾਈਕ ਵੀ ਕਰਨਾ ਇਹਨੂੰ ਸ਼ੇਅਰ ਵੀ ਕਰਨਾ ਜਨਾਬ ਇੱਥੇ ਥੱਲੀ ਆਉਣਾ ਪੂਰਾ ਥਾਂ ਨਜ਼ਰ ਆਉਣਾ ਬਹੁਤ ਪਾ ਰਹੀ ਆ ਚੱਲ ਟੋਰ ਇਹਨੂੰ ਮਾੜਾ ਜਾਣਾ ਇੱਥੇ ਥੱਲੀ ਆਉਣਾ ਦੋ ਲੱਖ ਅਤੇ 25,000 ਰੁਪਈਆ ਹੈ ਦੂਸਰਾ ਸੁਬਹ ਸੂਈਏ ਪਿੱਛੇ ਵੱਛੀਏ ਅੱਜ ਸੁਬਹ ਸੂਈਏ ਇੱਕ ਚੁਆਈ ਦੀ ਕਰ ਲਈ ਮਾਲਕਾਂ ਨੇ ਦੂਸਰੀ ਚੁਆਈ ਹੁਣ ਕਰਨੀ ਦੂਸਰਾ ਸੁਬਹ ਗਰੰਟੀ ਨਾਲ ਪਿੱਛੇ ਵੱਛੀਏ ਸਿੰਘਾਂ ਤੋਂ ਮੋਨੀਆਂ ਜਨਾਬ ਇਹ ਦੋਵੇਂ ਵਹਿੜਾਂ ਜਿਹੜੀ ਤੀਸਰੇ ਨੰਬਰ ਵਾਲੀ ਵਹਿੜ ਹੈ ਉਹਦੇ ਸਿੰਘ ਹੈਗੇ ਨੇ ਉਹ ਵੀ ਚੋਲਸਤਾਨੀ ਦੇ ਵਿਲਾਇਤੀ ਕ੍ਰਾਸ ਹੈ ਬੰਨੋ ਜੀ ਇਹਦਾ ਬੱਚਾ ਉਹ ਖਾਣ ਖਾ ਕੇ ਥੱਲੀ ਨਾਲ ਬੰਦ ਹੋ ਜੇ ਤੀਜੇ ਨੰਬਰ ਵਾਲੀ ਛੱਡੋ ਇਹ ਬੱਚਾ ਠਾ ਕੇ ਖਾਣ ਬੱਚਾ ਜਿਹੜਾ ਨਹੀਂ ਛੱਡ ਦੇ ਲਾੜੂਆ ਗਲਾ ਜੀ ਨਾਲ ਲੈਂਦੇ ਤਿੰਨ ਨੰਬਰ ਵਾਲੀ ਕਾਂ ਲਿਆ ਇਹ ਵਹਿੜ ਨੰਬਰ 2 ਦਾ ਬੱਚਾ ਦੋਸਤੋ ਪਿੱਛੇ ਬੱਚੀ ਜਾਣਦੇ ਜਾਂ ਇਹ ਜਨਾਬ ਵਹਿੜ ਨੰਬਰ ਮਾਸ਼ਾਅੱਲਾ 3 ਹੈ ਮਾਲਕਾਂ ਦਾ ਕਹਿਣਾ ਜੀ ਗਰੰਟੀ ਨਾਲ ਇਹ ਦੂਸਰਾ ਸੁਆ ਸੂਏਗੀ ਇਹ ਸੂਣ ਵਾਲੀ ਵਹਿੜ ਹੈ ਅਜੇ 10 ਤੋਂ 12 ਦਿਨ ਲੈ ਜਾਏਗੀ ਸੂਣ ਦੇ ਵਿੱਚੋਂ ਮਾਸ਼ਾਅੱਲਾ ਚੰਗਾ ਵਾਹਨਾ ਇਹਦਾ 10 ਤੋਂ 12 ਦਿਨ ਲੈ ਜਾਏਗੀ ਸੂਣ ਦੇ ਵਿੱਚੋਂ ਜੀ ਦੂਸਰਾ ਸੁਆ ਹੈ ਗਰੰਟੀ ਨਾਲ ਇੱਥੇ ਖਿਲਾਰੀ ਮਾਰੀ ਗਈ ਮਾਸ਼ਾਅੱਲਾ ਚੰਗੀ ਹਾਈਟ ਲੰਬਾਈ ਚੜ੍ਹਾਈ ਮਾਸ਼ਾਅੱਲਾ ਬੜੀ ਵੱਡੀ ਵਹਿੜ ਹੈ ਮਾਸ਼ਾਅੱਲਾ ਮੱਝਾਂ ਵਾਲਾ ਥਣ ਲੱਗਿਆ ਮੁੱਠ ਭਰ ਵਿਰਲਾਂ ਵੀ ਠੀਕ ਨੇ ਇਹਦਾ 2,50,000 ਰੁਪਇਆ ਜਨਾਬ ਇਹਦੇ 'ਚ ਪਿਆਰ ਮੁਹੱਬਤ ਹੈਗੀ ਹੈ ਵਹਿੜ ਨੰਬਰ 3 ਦਾ 2,50,000 ਅਜੇ 10 ਤੋਂ 12 ਦਿਨ ਲੈ ਜਾਏਗੀ ਸੂਣ ਦੇ ਵਿੱਚੋਂ ਦੂਸਰਾ ਸੁਬਹਾ ਗਰੰਟੀ ਨਾਲ ਕੈਮਰਾਮੈਨ ਸਾਹਿਬ ਸੱਲੀਆਂ ਕਰਵਾ ਦਿਓ ਵੀਡੀਓ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਵੇਖਣੀ ਹੈ ਅਗਰ ਕਿਸੇ ਮੇਰੇ ਦੋਸਤ ਭਰਾ ਨੂੰ ਇਹ ਜਾਨਵਰ ਪਸੰਦ ਆ ਜਾਣ ਤਾਂ ਮਦਰ ਸਾਇੰਸ ਟੀ ਵੀ ਨਾਲ ਤੁਸੀਂ ਕਰਨਾ ਰਾਬਤਾ ਅਤੇ ਮੈਂ ਜਨਾਬ ਇਹ ਵਹਿੜਾ ਰੋਕਾਂਗਾ ਅਤੇ ਇਨਸ਼ਾਅੱਲਾ ਤਾਲਾ ਆਪਾਂ ਇਹਨਾਂ ਦੇ ਕਰਾਂਗੇ ਸੌਦੇ ਚੜੇ ਵੀ ਥੱਲੀ ਨਾਲ ਬਣਾ ਲਏ ਉੱਥੇ ਜਾ ਕੇ ਬਣਾਉਣਾ ਬਣ ਥੱਲੀ ਵੀਡੀਓ ਜਨਾਬ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਦੇਖਣੀ ਹੈ ਇਹ ਵੀਡੀਓ ਲਾਈਕ ਵੀ ਕਰਨਾ ਸ਼ੇਅਰ ਵੀ ਕਰਨਾ